ਸਾਰੀਆਂ ਸੰਗਤਾਂ ਗੱਡੀਆਂ ਤੇ ਆਈਆਂ ਹਨ ਔਰ ਆਪਣੇ ਗੱਡੀਆਂ ਦੇ ਵਿੱਚ ਬੈਠ ਕਰਕੇ ਮੋਟਰਸਾਈਕਲ ਵਾਲੇ ਭਾਈਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਮੋਟਰਸਾਈਕਲ ਨੂੰ ਸਵਾਰੀ ਲਗਾ ਕਰਕੇ ਇਹਦੇ ਨਾਲ ਸੰਗਤਾਂ ਨੇ ਪੈਦਲ ਜਾਣਾ ਹੈ ਸੰਗਤਾਂ ਕਰਕੇ ਮੋਟਰਸਾਈਕਲ ਨੂੰ ਸਵਾਰੀ ਇੱਥੇ ਰੋਕਦੇ ਹਨ ਪੈਦਲ ਮਾਰਕੀ ਸਾਹਿਬ ਦੇ ਨਾਲ ਨਾਲ ਚੱਲਣ ਦੀ ਕਿਰਪਾ ਕਰਨ ਅਤੇ ਗੁਰੂ ਮਹਾਰਾਜ ਜੀ ਚੜ੍ਹਦੀਆਂ ਕਲਾ ਬਖਸ਼ਣ ਦਰਸ਼ਨ ਕਰਦਾ ਹੈ ਗੁਰੂ ਮਹਾਰਾਜ ਦੇ ਦਰਸ਼ਨ ਨਾਮ ਵਾਹਿਗੁਰੂ ਸਾਤ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਵਾਹਿਗੁਰੂ ਵਾਹਿਗੁਰੂ।
ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸ਼ਸਤਰ ਵਿਦਿਆ ਅਸਤਰ ਵਿਦਿਆ ਬ੍ਰਹਮ ਵਿਦਿਆ ਸਤਿਗੁਰਾਂ ਨੇ ਬਖਸ਼ ਕਰਕੇ ਖਾਲਸੇ ਨੂੰ ਨਿਹਾਲ ਕੀਤਾ ਸੋ ਇਹ ਵੀ ਇੱਕ ਸ਼ਸਤਰ ਕਲਾ ਹੈ ਕਿ ਜਦੋਂ ਜੰਗ ਦੇ ਮੈਦਾਨ ਵਿੱਚ ਪੁਰਾਣਿਆਂ ਸਮਿਆਂ 'ਚ ਲੜਦਿਆਂ ਸਿੰਘਾਂ ਦੀਆਂ ਅੱਖਾਂ ਵਿੱਚ ਕੋਈ ਜ਼ਹਿਰੀਲੀਆਂ ਚੀਜ਼ਾਂ ਪਾ ਦਿੰਦੇ ਸੀ ਉਸ ਵੇਲੇ ਉਦੋਂ ਸਤਿਗੁਰਾਂ ਨੇ ਇਹਨੂੰ ਕਾੜ ਦੀ ਹੁਣ ਚਲੋ ਇਹਨੂੰ ਕਾਟ ਕਿਹਾ ਜਾਂਦਾ ਕਈ ਸਿੰਘਾਂ ਸਿੰਘਾਂ ਦੀ ਬੋਲੀ 'ਚ ਵੱਖ ਵੱਖ ਨਾਂ ਨੇ ਸੋ ਇਹ ਸਤਿਗੁਰਾਂ ਨੇ ਉਦੋਂ ਇੱਕ ਜੰਗੀ ਅਭਿਆਸ ਦੱਸਿਆ ਇਹ ਜੋ ਸਿੰਘ ਆਪ ਜੀ ਦੇ ਸਾਹਮਣੇ ਸਾਰਾ ਪ੍ਰਦਰਸ਼ਨ ਕਰ ਰਹੇ ਨੇ ਇਹ ਜੰਗੀ ਅਭਿਆਸ ਹੈ ਤੁਹਾਡਾ ਰੋਜ਼ ਦਾ ਸਾਰਿਆਂ ਦਾ ਸਿੱਖਾਂ ਦਾ ਸਾਨੂੰ ਕਰਨਾ ਚਾਹੀਦਾ ਇਸ ਤੋਂ ਐਸਾ ਸ਼ਸਤਰਧਾਰੀ ਹੋ ਕਰਕੇ ਜੀਣਾ ਕਰੋ ਰਹਿਣਾ ਕਰੋ ਸਤਿਗੁਰਾਂ ਨੇ ਸ਼ਸਤਰ ਪਹਿਨਾਏ ਸਿੱਖਾਂ ਨੂੰ ਬੇਨਤੀ ਹੈ ਕਿ ਜ਼ਰੂਰ ਸ਼ਸਤਰਧਾਰੀ ਹੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਵੈਸੇ ਚਲੋ ਪੰਜਾਬ ਤੋਂ ਬਾਹਰ ਆਏ ਹਾਂ ਯੂਪੀ ਵਿੱਚ ਆਏ ਹਾਂ ਹੁਣ ਇੱਥੋਂ ਦੇ ਅਤੇ ਉੱਥੋਂ ਦੇ ਨੌਜਵਾਨਾਂ ਦਾ ਬਹੁਤ ਫਰਕ ਪੈ ਗਿਆ ਇੱਥੇ ਜਿੰਨੇ ਵੀ ਨੌਜਵਾਨ ਵਿਹੜੇ ਤਕਰੀਬਨ ਸਾਰੇ ਸਰਦਾਰ ਨੇ ਸਿੱਖ ਨੇ ਕੇਸਾਧਾਰੀ ਨੇ ਜਿੱਥੋਂ ਸਿੱਖੀ ਪੈਦਾ ਹੋਈ ਜਿੱਥੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿੱਥੇ ਜਨਮ ਹੋਇਆ ਪੰਜਾਬ ਪੰਜ ਆਪਾਂ ਦੀ ਧਰਤੀ ਸੀ ਦਰਿਆਵਾਂ ਦੀ ਧਰਤੀ ਸੀ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਚਲਾ ਕਰਕੇ ਐਸੀ ਸਿੱਖ ਪੰਥ ਨੂੰ ਢਾਹ ਲਾਈ ਸੋ ਲਾਗਾ ਨਿਵਾਸੀ ਸੰਗਤਾਂ ਵੱਲੋਂ ਸ਼ਸਤਰ ਵਿਦਿਆ ਨੂੰ ਵੇਖਦੇ ਹੋਇਆ ਬੇਅੰਤ ਮਾਇਆ ਦੇ ਗੱਫਿਆਂ ਦੇ ਮਾਰੇ ਚੜ੍ਹਦੀਆਂ ਕਲਾ ਬਖਸ਼ਣ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਹੁਣ ਛੇਵਾਂ ਦਰਿਆ ਜਿਹੜਾ ਉੱਥੇ ਨਸ਼ਿਆਂ ਦਾ ਚਲਾਇਆ ਪਰ ਸਤਿਗੁਰੂ ਜੀ ਕਿਰਪਾ ਕਰਨ ਸਿੱਖ ਜਾਗਣ ਅੰਮ੍ਰਿਤਧਾਰੀ ਹੋਣ ਕੇਸਾਧਾਰੀ ਹੋਣ ਸ਼ਸਤਰਧਾਰੀ ਹੋ ਕਰਕੇ ਰਹਿਣ ਸਾਡੀ ਇਹ ਸਤਿਗੁਰਾਂ ਅੱਗੇ ਅਰਦਾਸ ਹੈ ਸੋ ਅੱਖਾਂ 'ਤੇ ਲੂਣ ਪਾ ਕਰਕੇ ਉੱਪਰ ਪੱਟੀ ਬੰਨ੍ਹ ਕੇ ਸਿੰਘ ਨੂੰ ਵਿਖਾਇਆ ਜਾ ਰਿਹਾ ਹੈ ਕਿ ਇੱਥੇ ਇੱਥੇ ਆਹ ਚੀਜ਼ਾਂ ਪਈਆਂ ਨੇ
ਪਿਆਰ ਦੇ ਨਾਲ ਮੱਥਾ ਟੇਕ ਕਰਕੇ ਪ੍ਰਸ਼ਾਦ ਲਵੋ ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦਾ ਮੱਥਾ ਟੇਕਿਆ ਹੋਇਆ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਸੇਵਾ ਕਰ ਰਹੀਆਂ ਹਨ ਆਪ ਸਭ ਸੰਗਤ ਦੀ ਸੇਵਾ ਪ੍ਰਵਾਨ ਕਰਨ ਆਓ ਇਸੇ ਤਰ੍ਹਾਂ ਨਾਮ ਸਿਮਰਨ ਵਿੱਚ ਜੁੜੇ ਰਹੀਏ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੇਵਾ ਪ੍ਰਵਾਨ ਕਰਨ ਪਰਿਵਾਰਕ ਸੁੱਖ ਸ਼ਾਂਤੀ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਰਨ ਕਿਰਪਾ ਕਰਨ ਆਓ ਇਸੇ ਤਰ੍ਹਾਂ ਨਾਮ ਸਿਮਰਨ ਵਿੱਚ ਜੁੜੇ ਰਹੀਏ ਜੀ ਸਤਿਨਾਮ ਵਾਹਿਗੁਰੂ ਆਓ ਸੰਗਤਾਂ ਵਾਸਤੇ ਇੱਕ ਜਕਾਰਾ ਬੋਲੇ ਸੋਨਿਆਲ ਸਤਿਗੁਰੂ ਕਿਰਪਾ ਕਰਨ ਆਪ ਸਭ ਸੰਗਤ ਦੀ ਸੇਵਾ ਪ੍ਰਵਾਨ ਕਰਨ ਨਾਮ ਵਾਹਿਗੁਰੂ ਸਤਿ ਨਾਮ